ए, आकाश है। राज्य के मुख्य की दूजी राष्ट्रीय कान्फ्रस अवी दिल्ली शुरू हो गई इस दौरान राज पाईवाली करके तेज रफ्तार ते से निरंतर रहन योग आर्थिक विकास हासिल करने ਜਾਂ ਦੇ ਤਾਇਗਾ ਖਤਮੀ ਭਾਰਤ ਫਰਾਂਸ ਰੀਤੀਗਤ ਭਾਈ ਵਾਲੀ ਅਜ ਨਵੀਂ ਦਿੱਲੀ ਵਿਚ ਹੋ ਰਹੀ ਹੈ Odisha ਵਿਚ 5G ਟੈਲੀਕਮ ਸੇਵਾਵਾਂ ਸ਼ੁਰੂ ਹੋ ਗਈਆਂ ਨੇ ਦੇਸ਼ ਦੇ ਉੱਤਰੀ ਹਿੱਸੇਾਂ ਵਿੱਚ ਸੀਤ ਲਹਿਰ ਚੱਲੀ ਹੈ ਇਹ ਅਗਲੇ 3 ਤੋਂ 4 ਦਿਨਾਂ ਤੱਕ ਜਾਰੀ ਰਹੇਗੀ ਤੇ ਕ੍ਰਿਕਟ ਵਿੱਚ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੂਜਾ 2020 ਮੈਚ ਅੱਜ ਸ਼ਾਮੀ ਕੋਨੇ ਵਿੱਚ ਖੇਡਿਆ ਜਾਏਗਾ ਰਾਜਾਂ ਦੇ ਮੁਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਅਜੇ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ ਇਹ ਤਿੰਨ ਦਿਨਾਂ ਕਾਨਫਰੰਸ ਪ੍ਰਮੁੱਖ ਤੌਰ ਤੇ ਰਾਜਾਂ ਨਾਲ ਤੇ ਸਥਾਈ ਆਰਥਿਕ ਬਦਲੀ ਮਿਲਬਰਤਨ ਤੇ ਕੇਂਦਰਿਤ ਰਹੇਗੀ ਇਸ ਕਾਨਫਰੰਸ ਵਿੱਚ 250 ਤੋਂ ਵੱਧ ਵਿਅਕਤੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਸਾਰੇ ਕੇਂਦਰ ਰਾਜਾਂ ਤੇ ਕੇਂਦਰੀ ਪ੍ਰਬੰਧਿਤ ਪ੍ਰਦੇਸ਼ਾਂ ਦੇ ਮੁਖ ਸਕੱਤਰ ਤੇ ਸੀਨੀਅਰ ਅਧਿਕਾਰੀ ਤੇ ਵਿਸ਼ਾ ਮਾਹਰ ਲੋਕ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ ਇਹ ਕੇਂਦਰ ਤੇ ਰਾਜ ਸਰਕਾਰਾਂ ਦਰਮਿਆਨ ਪਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਅਹਿਮ ਕਦਮ ਹੋਏਗੀ। ਕਾਨਫਰੰਸ ਦੌਰਾਨ ਲਿਆ ਗਿਆ ਫੈਸਲਾ 6 ਨਕਤੀ ਵਿਸ਼ਿਆਂ ਤੇ ਹੋਏਗਾ ਇਹਨੇ ਐਮ ਐਸ ਐਮ ای ਸ ਤੇ ਜ਼ੋਰ ਦੇਣਾ, ਬੁਨਿਆਦੀ ਢਾਂਚੇ ਤੇ ਪੂੰਜੀਕਾਰੀ ਮਨਜ਼ੂਰੀ ਨੂੰ ਘਟਾਉਣਾ, ਔਰਤਾਂ ਦੇ ਸ਼ਕਤੀਕਰਨ, ਸਿਹਤ ਅਤੇ ਪੋਸ਼ਣ ਅਤੇ ਹੁਨਰ ਵਿਕਾਸ। ਕਾਨਫਰੰਸ ਦੇ ਏਜੰਡੇ ਨੂੰ ਨੋਡਲ ਮੰਤਰਾਲਿਆਂ, ਨੀਤੀ ਆਯੋਗ, ਰਾਜਾਂ, ਕੇਂਦਰੀ ਪ੍ਰਬੰਧਕਪਰਦੇਸ਼ਾਂ ਅਤੇ ਗਿਆਨ ਦੇ ਖੇਤਰ ਦੇ ਮਾਹਿਰਾਂ ਦਰਮਿਆਨ ਪਿਛਲੇ 3 ਮਹੀਨਿਆਂ ਦੀ ਤੋਂ ਵੱਧ ਸਮਿਆਂ ਤੋਂ 150 ਤੋਂ ਵੱਧ ਆਮੋ-ਸਾਹਮਣੇ ਤੇ ਵਰਚੁਅਲ ਤਰੀਕੇ ਨਾਲ ਹੋਈ ਵਿਚਾਰ-ਵਟਾਂਦਰਿਆਂ ਦੇ ਬਾਅਦ ਤੈਅ ਕੀਤਾ ਗਿਆ ਮੁਖਸ ਕਤਰਨ ਦੀ ਅਜੇ ਹੀ ਪਹਿਲੀ ਕਾਨਫਰੰਸ ਪਿਛਲੇ ਸਾਲ ਜੂਨ ਵਿੱਚ ਧਰਮਸ਼ਾਲਾ ਵਿੱਚ ਕੀਤੀ ਗਈ ਸੀ ਭਾਰਤ ਅਤੇ ਫਰਾਂਸ ਅੱਜ ਨਵੀਂ ਦਿੱਲੀ ਵਿੱਚ 36ਵੀਂ ਨੀਤੀਗਤ ਗੱਲਬਾਤ ਕਰਨਗੇ ਦੋਵੇਂ ਧਿਰਾਂ ਦਵੱਲੇ ਤਿਆਰੀ ਮੁੱਦਿਆਂ ਬਾਰੇ ਵਿਆਪਕ ਤੌਰ ਤੇ ਗੱਲਬਾਤ ਕਰਨਗੀਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਭਾਰਤੀ ਧਿਰ ਦੀ ਅਗਵਾਈ ਕਰਨਗੇ ਜਦਕਿ ਫਰਾਂਸੀਸੀ ਧਿਰ ਦੀ ਅਗਵਾਈ ਫਰਾਂਸ ਦੇ ਰਾਸ਼ਟਰਪਤੀ ਦੇ ਸਫਾਰਤੀ ਸਲਾਹਕਾਰ ਐਮੈਨੂਅਲ ਬੌਨ ਕਰਨਗੇ ਪਿਛਲੀ ਵਾਰ ਇਹ ਗੱਲਬਾਤ ਨਵੰਬਰ 2021 ਵਿੱਚ ਪੈਰਿਸ ਵਿੱਚ ਹੋਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਮਾਈਕਰੋਸਾਫਟ ਦੇ ਚੀਫ ਐਗਜ਼ੀਕਿਊਟਿਵ ਆਫੀਸਰ ਸत्या ਨਡੇਲਾ ਨਾਲ ਮੁਲਾਕਾਤ ਕੀਤੀ ਤੇ ਡਿਜੀਟਲ ਇੰਡੀਆ ਦੀ ਸੋਚ ਬਾਰੇ ਕਿ ਚਾਰ ਬਟਾਂਦਰਾ ਕੀਤਾ ਇੱਕ ਟਵੀਟ ਵਿੱਚ ਸ਼੍ਰੀ ਨਡੇਲਾ ਨੇ ਇੱਕ ਉਸਾਰੂ ਮੀਟਿੰਗ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਨੇ ਡਿਜੀਟਲ ਕਾਇਆਪਲਟ ਦੀ ਅਗਵਾਈ ਵਾਲੇ ਨਿਰੰਤਰ ਰਹਿਣ ਯੋਗ ਤੇ ਸਮਾਵੇਸ਼ੀ ਆਰਥਿਕ ਵਾਧੇ ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਖਾਸ ਚਾਨਣ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਮਾਈਕਰੋਸਾਫਟ ਡਿਜੀਟਲ ਇੰਡੀਆ ਦੀ ਸੋਚ ਨੂੰ ਹਕੀਕਤ ਬਣਾਉਣ ਤੇ ਵਿਸ਼ਵ ਲਈ ਚਾਨਣ ਮਨਾਰਾ ਬਣ ਵਿੱਚ ਭਾਰਤ ਦੀਆਂ ਮਦਦ ਕਰਨ ਦੀ ਤਾਂਗ ਰੱਖਦਾ ਹੈ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਤੇ ਸੰਚਾਰ ਸੂਚਨਾ ਟੈਕਨਾਲੋਜੀ ਤੇ ਰੇਲਵੇ ਬਾਰੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਓਡੀਸ਼ਾ ਵਿੱਚ 5G ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਦੀ ਸ਼ੁਰੂਆਤ ਭੁਵੇਂਸ਼ਵਰ ਤੋਂ ਕਟਕ ਤੋਂ ਕੀਤੀ ਗਈ ਹੈ। ਕੌਕ ਕੰਪਨੀਆਂ ਨੇ ਰਾਜ ਵਿੱਚ 5G ਸੇਵਾਵਾਂ ਮੁਹਈਆ ਕਰਨ ਲਈ ਤਕਰੀਬਨ 520 ట్రాన్స్‌ੀਵਰ ਸਟੇਸ਼ਨ ਖਾਏ ਮੁਕੀਤੇ ਨੇ। ਕੇਂਦਰ ਨੇ 19744 ਕਰੋੜ ਰੁਪਏ ਦੀ ਮੁੱਢਲੀ ਰਕਮ ਨਾਲ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਭਾਰਤ ਨੂੰ ਗ੍ਰੀਨ ਹਾਈਡਰੋਜਨ ਦੇ ਉਤਪਾਦਨ ਵੱਲ ਤੋਰ ਤੇ ਬ੍ਰਾਹਮਣ ਦਾ ਇੱਕ ਆਰਮੀ ਕੇਂਦਰ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਹਰ ਸਾਲ 50 ਲੱਖ ਟਨ ਗ੍ਰੀਨ ਹਾਈਡਰੋਜਨ ਦਾ ਉਤਪਾਦਨ ਕੀਤਾ ਜਾਏਗਾ ਜਿਸ ਨਾਲ ਕਰੀਬ 125 ਗੀਗਾਵਾਟ ਵਾਧੂ ਨਵਿਆਉਣਯੋਗ ਊਰਜਾ ਮਿਲੇਗੀ 2030 ਤੱਕ ਦੇ ਟੀਚੇ ਨਾਲ 8 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਪੂੰਜੀਕਾਰੀਆਂ ਮਿਲਣ ਤੇ 6 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਮੰਤਰੀ ਨੇ ਕਿਹਾ ਕਿ ਇਹ ਮਿਸ਼ਨ ਪਥਰਾਟੀ ਇੰਦਰਾ ਦੀ ਦਰਮਦ ਵਿੱਚ ਸਾਲਾਨਾ 1 ਲੱਖ ਕਰੋੜ ਰੁਪਏ ਬਚਾਉਣ 'ਚ ਮਦਦ ਕਰੇਗਾ। ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਮਿਸ਼ਨ ਰਾਹੀਂ ਸਾਲਾਨਾ 5 ਕਰੋੜ ਮੈਟ੍ਰਿਕ ਟਨ ਕਾਰਬਨ ਨਿਕਾਸੀ ਨੂੰ ਘਟਕ ਕੀਤਾ ਜਾ ਸਕੇਗਾ। ਇਹ ਖਬਰਾਂ ਤੁਸੀਂ ਆਕਾਸ਼ ਵਾਰੀ ਤੋਂ ਸੁਣ ਰਹੇ ਹੋ। ਸਰਕਾਰ ਨੇ ਕੇਂਦਰੀ ਸੈਕਟਰ ਦੀ ਬ੍ਰਾਡਕਾਸਟਿੰਗ ਇਨਫਰਾਸਟ੍ਰਕਚਰ ਐਂਡ ਨੈਟਵਰਕ ਡਿਵੈਲਪਮੈਂਟ BI&D ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰಾಗ್ ਠਾਕਰ ਨੇ ਕਿਹਾ ਕਿ ਇਸ ਸਕੀਮ ਪ੍ਰਸਾਰ ਭਾਰਤੀ ਨੂੰ ਆਪਣੇ ਪ੍ਰਸਾਰਣ ਢਾਂਚੇ ਦੇ ਵਿਸਾਰ ਤੇ ਸਧਾਰਨ ਜਬੂਨ ਦੇ ਵਿਕਾਸ ਵਿੱਚ مالی ਸਹਿਯੋਗ ਕਰਨ ਵਿੱਚ ਮਦਦਗਾਰ ਹੋਏਗੀ ਸ਼੍ਰੀ ਠਾਕਰ ਨੇ ਦੂਰਦਰਸ਼ਨ ਤੇ ਕਾਸ਼ਵਾਨੀ ਦੇ ਬੁਨਿਆਦੀ ਢਾਂਚੇ ਤੇ ਸੇਵਾਵਾਂ ਦੇ ਵਿਕਾਸ ਸਰਜਨੀਕੀਕਰਨ ਤੇ ਮਜ਼ਬੂਤੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਮੁੜ ਪੱਕੀ ਕੀਤੀ ਹੈ ਉਨਾ ਕਿਹਾ ਕਿ ਆਗਾਸ਼ਮਾਨੀ ਦੀ ਐਫਐਮ ਕਵਰੇਜ ਵਧਾਈ ਜਾਏਗੀ ਤੇ ਇਹ ਦੇਸ਼ ਦੀ 80% ਤੋਂ ਵੱਧ ਬਸਤੀਆਂ ਨੂੰ ਕਵਰ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਆਈਐਨਡੀ ਸਕੀਮ ਬਾਰੇ ਕੈਬਨਿਟ ਦਾ ਫੈਸਲਾ ਭਾਰਤ ਵਿੱਚ ਖਾਸ ਕਰਕੇ ਦੂਰ ਦਰਾਡੇ ਇਲਾਕਿਆਂ ਵਿੱਚ ਪ੍ਰਸਾਰਣ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰੇਗਾ ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਸੇ ਸਿੱਖਿਆ ਤੇ ਮਨੋਰੰਜਨ ਵਰਗੇ ਵੱਖ-ਵੱਖ ਸੈਕਟਰਾਂ 'ਚ ਮਦਦ ਕਰੇਗੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਅਨੁਮਾਨਿਤ 2614 ਕਰੋੜ ਰੁਪਏ ਦੀ ਲਾਗਤ ਨਾਲ ਸੁੰਨੀ ਡੈਮ ਪਣ ਬਿਜਲੀ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਚਾਰ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਕਿ ਇਹ ਪ੍ਰੋਜੈਕਟ ਸਤਲੁਜ ਦਰਿਆ ਉੱਤੇ ਉਸਾਰਿਆ ਜਾਏਗਾ ਜਿਸ ਦੀ ਸਮਰੱਥਾ 382 ਮੈਗਾਵਾਟ ਹੋਏਗੀ। ਉਹਨਾਂ ਨੇ ਕਿਹਾ ਕਿ ਸਤਲੁਜ ਜਲ ਵਿਦਿਊਤ ਨਿਗਮ ਲਿਮਟਿਡ ਵੱਲੋਂ ਇਸ ਦਾ ਨਿਰਮਾਣ ਕਾਰਜ 5 ਸਾਲਾਂ ਵਿੱਚ ਪੂਰਾ ਕੀਤਾ ਜਾਏਗਾ। ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਲਗਭਗ 4000 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੋਜ਼ਗਾਰ ਮਹਈਆ ਕਰੇਗਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕਰ ਨੇ ਅੱਜ ਗੁਹਾਟੀ ਵਿੱਚ ਵਾਈ 20 ਸ਼ੁਰੂਆਤੀ ਮੀਟਿੰਗ ਦਾ ਜਲਸਾ ਲਿਆ ਇਹ ਭਾਰਤ ਦੀ ਜੀ 20 ਪ੍ਰਧਾਨਗੀ ਤਹਿਤ ਦੇਸ਼ ਵਿੱਚ ਹੋ ਰਹੀਆਂ ਲੜੀਵਾਰ ਮੀਟਿੰਗਾਂ ਦਾ ਹਿੱਸਾ ਹੈ ਵਾਈ 20 ਸਾਰੇ ਜੀ 20 ਮੈਂਬਰ ਦੇਸ਼ਾਂ ਤੋਂ ਇੱਕ ਅਧਿਕਾਰਿਕ ਸਲਾਹ-ਮਸ਼ਵਰਾ ਫੋਰਮ ਹੈ 2012 ਵਿੱਚ ਸ਼ੁਰੂ ਹੋਈ ਜੀ 20 W20 G20 ਸਿਖਰ ਮੀਟਿੰਗਾਂ ਦਾ ਨੌਜਵਾਨ ਰੁਪਾਂਤਰ ਅਤੇ ਇਹ G20 ਨਾਲ ਜੋੜਨ ਲਈ ਨੌਜਵਾਨ ਲੋਕਾਂ ਤੇ ਵਾਸਤੇ ਸਿਰਫ ਇੱਕੋ ਇੱਕ ਅਧਿਕਾਰਕ ਮਾਨਤਾ ਪ੍ਰਾਪਤ ਮਨਚਾ ਹੈ ਇਹ ਨੌਜਵਾਨ ਨੇਤਾਵਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸਫਾਰਤੀ ਫੋਰਮਾਂ ਵਿੱਚੋਂ ਇੱਕ ਹੈ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਕਾਨੂੰਨ 1967 ਤਹਿਤ ਅਹਿਮਦ ਅੰਜਰ ਉਰਫ ابو ਉਸਮਾਨ ਅਲ ਕਸ਼ਮੀਰੀ ਨੂੰ ਇੱਕ دہشت گردਲਾ ਨੇ ਸ਼੍ਰੀਨਗਰ ਵਿੱਚ ਪੈਦਾ ਹੋਇਆ ਇਹ دہشت گرد ਦੇ ਸਮੇਂ ਅਫਗਾਨਿਸਤਾਨ ਵਿੱਚ ਰਹਿਆ ਉਹ ਪਿਛਲੇ 2 ਦਹਾਕਿਆਂ ਤੋਂ ਜੰਮੂ ਕਸ਼ਮੀਰ ਵਿੱਚ ਲੜੀਂਦੇ دہشت گردਾਂ ਸ਼ਾਮਲ ਹੈ ਤੇ ਉਸਦੇ ਅਲ ਕੈਦਾ ਤੇ ਹੋਰਨਾ ਆਲਮੀ دہشت گرد ਸਮੂਹਾਂ ਨਾਲ ਨੇੜੇ ਦੇ ਸਬੰਧ ਨੇ ਉਹ ਭਾਰਤ ਵਿੱਚ ਦੁਬਾਰਾ ਇਸਲਾਮਿਕ ਸਟੇਟ ਨਾਲ ਸ਼ੁਰੂ ਕਰਨ ਵਿੱਚ ਸ਼ਾਮਲ ਹੈ ਦਿੱਲੀ ਵਿੱਚ ਅੱਜ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ। ਰਾਸ਼ਟਰੀ ਰਾਜਸਥਾਨੀ ਵਿੱਚ ਸਫ ਦਰਜੰਗ ਅਬਜ਼ਰਵੇਟਰੀ ਨੇ ਘਟੋ ਘਟ ਤਾਪਮਨ 3 ਡਿਗਰੀ ਸੈਲਸੀਅਸ ਦਰਜ ਕੀਤਾ। ਸੰਗਣੀ ਧੁੰਦ ਕਾਰਨ ਉਤਰੀ ਰੇਲਵੇ ਖਿੱਤੇ ਵਿੱਚ 12 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਨੇ ਤੇ ਦੋ ਰੇਲ ਗੱਡੀਆਂ ਦੇ ਸਮੇ ਬਦਲੇ ਗਏ ਨੇ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਬੇਹੱਦ ਸੰਗਣੀ ਧੁੰਦ ਤੇ ਠੰਡ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਕਸ਼ਮੀਰਵਾਦੀ ਵਿੱਚ ਠੰਡ ਅਤੇ ਖੁਸ਼ਕ ਮੌਸਮ ਲਗਾਤਾਰ ਬਣਿਆ ਹੋਇਆ ਤੇ ਘੱਟੋ-ਘੱਟ ਤਾਪਮਾਨ ਬਹੁਤੀਆਂ ਥਾਵਾਂ ਤੇ ਜਮਾ ਉਦਰਜੇ ਤੋਂ ਘੱਟ ਰਿਕਾਰਡ ਕੀਤਾ ਗਿਆ ਸਾਡੇ ਸ਼੍ਰੀਨਗਰ ਵਾਲੇ ਪੱਤਰ ਪ੍ਰੇਰਕ ਨੇ ਕਬਰ ਦਿੱਤੀ ਕਿ ਕਸ਼ਮੀਰਵਾਦੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਠੰਡ ਲਗਾਤਾਰ ਬਣੀ ਹੋਈ ਹੈ ਪੈਲਗਾਮ ਵਿੱਚ ਪਾਰਾ -9.4 ਡਿਗਰੀ ਸੈਲਸੀਅਸ ਤੇ ਆ ਗਿਆ ਜਦਕਿ ਗੁਲਮਰਗ ਵਿੱਚ ਤਾਪਮਾਨ -8.4 ਡਿਗਰੀ ਰਿਕਾਰਡ ਕੀਤਾ ਗਿਆ ਸ਼੍ਰੀਨਗਰ ਵਿੱਚ ਤਾਪਮਾਨ 5.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਠੰਡ ਪੈਣ ਕਰਕੇ ਕਸ਼ਮੀਰ ਵਿੱਚ ਬਹੁਤ ਸਾਰੀਆਂ ਪਾਣੀ ਦੀਆਂ ਝੀਲਾਂ ਜੰਮ ਗਈਆਂ ਨੇ ਮੌਸਮ ਵਿਭਾਗ ਦੀ ਸਥਾਨ ਕਾਕਾਈ ਨੇ ਅਗਲੇ 24 ਘੰਟਿਆਂ ਲਈ ਵੀ ਅਜਿਹੇ ਹੀ ਮੌਸਮ ਦੀ ਪੇਸ਼ੀਨ گوئی ਕੀਤੀ ਹੈ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 188 ਨਵੇਂ ਕੇਸ ਦਰਜ ਕੀਤੇ ਗਏ ਨੇ ਤੇ ਇਸੇ ਹੀ ਸਮੇਂ ਦੌਰਾਨ 201 ਲੋਕ ਠੀਕ ਹੋਏ ਨੇ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ 2020 ਮੈਚ ਅਜੂਨੇ ਵਿੱਚ ਖੇਡਿਆ ਜਾਏਗਾ ਇਹ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਖੇ ਸ਼ਾਮੀ 7 ਵਜੇ ਸ਼ੁਰੂ ਹੋਏਗਾ ਭਾਰਤੀ ਟੀਮ ਦੇ ਵਿਕਟ ਕੀਪਰ ਤੇ ਬੱਲੇਬਾਜ਼ ਸੰਜੂ ਸੈਂਸਨ ਨੂੰ ਗੋਡੇ 'ਚ ਸੱਟ ਲੱਗਣ ਕਾਰਨ ਬਾਕੀ ਦੇ 2 ਮੈਚਾਂ ਤੋਂ ਬਾਹਰ ਰੱਖਿਆ ਗਿਆ ਜితేਸ਼ ਸ਼ਰਮਾ ਨੂੰ ਉਹਨਾਂ ਦੀ ਥਾਂ ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਆਖਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰ ਫੇਰ ਸੁਣ ਲਓ ਰਾਜਾਂ ਦੇ ਮੁੱਖ ਸਤਕਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ ਇਸ ਦੌਰਾਨ ਰਾਜਾਂ ਨਾਲ ਭਾਈਵਾਲੀ ਕਰਕੇ ਤੇਜ਼ ਰਫ਼ਤਾਰ ਤੇ ਨਿਰੰਤਰ ਰਹਿਣ ਯੋਗ ਆਰਥਿਕ ਵਿਕਾਸ ਹਾਸਲ ਕਰਨ ਤੇ ਧਿਆਨ ਦਿੱਤਾ ਜਾਏਗਾ 36ਵੀਂ ਭਾਰਤ-ਫਰਾਂਸ ਸੱਦਿੱਗਤ ਭਾਈਵਾਲੀ ਅੱਜ ਨਵੀਂ ਦਿੱਲੀ ਵਿੱਚ ਹੋ ਰਹੀ ਹੈ ਓਡੀਸ਼ਾ ਵਿੱਚ 5G ਟੈਲੀਕਾਮ ਸੇਵਾਵਾਂ ਸ਼ੁਰੂ ਹੋ ਗਈਆਂ ਨੇ ਅਤੇ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਠੀਤ ਲਹਿਰ ਜਾਰੀ ਹੈ ਦੇਸ਼ ਦੇ ਅਗਲੇ 3 ਤੋਂ 4 ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਇਸਨਾਲੀ ਆਕਾਸ਼ ਵਣਿਤੂ ਖਬਰਾਂ ਦਾ ਰਾਈ ਬਲਟਨ ਖਤਮ ਹੁੰਦਾ ਹੈ